ਉਹਦੇ ਮਨ ਦੇ ਵਿੱਚ ਕੋਈ ਜਜ਼ਬਾ ਸੀਗਾ ਕਿ ਮੈਂ ਆਪਣੇ ਪਿੰਡ ਨੂੰ ਜਿਹੜਾ ਫੋਰਨ ਵਰਗਾ ਬਣਾਉਣਾ ਕਿੱਦਾਂ ਦਾ ਤੁਹਾਨੂੰ ਲੱਗਦਾ ਮਾਣ ਮਹਿਸੂਸ ਸਾਨੂੰ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਵੀ ਉਹ ਫੋਰਨ 'ਚ ਗਿਆ ਕਮਾਈ ਕੀਤੀ ਅਤੇ ਆ ਕੇ ਆਪਣੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਉਹਨੇ ਇਸ ਤੋਂ ਵੱਧ ਹੋਰ ਸਾਨੂੰ ਕੀ ਮਾਣ ਹੋ ਸਕਦਾ ਹੁਣ ਤਾਂ ਪੰਜਾਬ ਨਹੀਂ ਪੰਜਾਬ ਤੋਂ ਫੋਰਨ ਤੱਕ ਵੀ ਲੋਕ ਜਿਹੜੇ ਜਾਣਨ ਲੱਗ ਪਏ ਆ ਪਿੰਡ ਨੂੰ ਹਾਂਜੀ ਇਹ ਟੀ ਵੀ ਦੇ ਜ਼ਰੀਏ ਜਾਣਨ ਲੱਗ ਪਏ ਆ ਤੁਹਾਡੀਆਂ ਸਾਰੀਆਂ ਵੀਡੀਓਜ਼ ਵੱਖ ਵੱਖ ਦੇਸ਼ਾਂ ਨੂੰ ਚਲੀਆਂ ਜਾਣੀਆਂ ਅਤੇ ਉੱਥੇ ਪਤਾ ਲੱਗ ਜਾਣਾ ਵੀ ਸਾਹਿਬ ਬੁੱਲੇ ਵਾਲੀਆਂ ਨੇ ਆਪਣੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਪਿੰਡ ਸਾਡਾ ਸ਼ਹਿਰਾਂ ਨੂੰ ਵਧੀਆ ਜੀ ਬਟਾਲਾ ਸ਼ਹਿਰ ਗੁਰਦਾਸਪੁਰ ਧਾਰੀਵਾਲ ਸ਼ਹਿਰ ਬੜੇ ਸ਼ਹਿਰ ਅਸੀਂ ਵੇਖੇ ਆ ਪਰ ਜਿੰਨਾ ਗੰਦ ਸ਼ਹਿਰ ਆ ਉਹਨਾਂ ਤੋਂ ਕਰੋੜਾਂ ਗੁਣਾ ਵਧੀਆ ਸਾਡਾ ਪਿੰਡ ਹੈ ਜੀ ਸਫਾਈ ਪੱਖੋਂ ਹਰ ਪੱਖੋਂ ਬਿਲਕੁਲ ਕਿੱਡੀ ਵਧੀਆ ਸਹੂਲਤਾਂ ਨੇ ਆਕਸੀਜਨ ਦੀ ਇੱਥੇ ਨਹੀਂ ਕਮੀ ਕਿਸੇ ਚੀਜ਼ ਦੀ ਕਮੀ ਨਹੀਂ ਸਾਫ਼ ਸੁਥਰਾ ਪਿੰਡ ਸਾਡਾ ਬਹੁਤ ਵਧੀਆ ਅਤੇ ਯੋਗਦਾਨ ਸਾਰਾ ਸਾਡੇ ਭਤੀਜਾ ਹੀ ਲੱਗਦਾ ਸਾਡਾ ਇਹ ਸਾਹਿਬ ਬੁੱਲੇ ਵਾਲੇ ਆ ਉਹਦਾ ਯੋਗਦਾਨ ਹੈ ਸਰ ਉਹਨੇ ਬਣਾਇਆ ਸਾਰਾ ਉਹ ਪਿੰਡ ਦੇ ਭਲੇ ਲਈ ਕਰਦਾ ਸਾਰਾ ਕੰਮ ਪਿੰਡ ਦਾ ਕੋਈ ਵੀ ਕਿਸੇ ਦੀ ਡੈਥ ਹੋ ਜਾਂਦੀ ਹੈ ਕਿਸੇ ਦਾ ਕੁਝ ਬਿਮਾਰ ਹੋ ਗਿਆ ਕਿਸੇ ਦਾ ਖੁਸ਼ੀ ਗਮੀ ਦੇ ਆਪਣੀ ਮੰਮੀ ਨੂੰ ਆਪਣੇ ਬੇੜੇ ਨੂੰ ਫੋਨ ਕਰਦਾ ਜਾਂ ਉਹ ਫਲਾਣੇ ਘਰ ਇੰਨੇ ਪੈਸੇ ਦੇ ਕੇ ਉਹ ਅਤੇ ਪਿੰਡ ਦੇ ਸਮਾਜ ਦੇ ਕੰਮ ਵੀ ਸਾਰੇ ਬਹੁਤ ਵਧੀਆ ਕਰਦਾ ਬਾਕੀ ਜਿਹੜੇ ਬੂਟਿਆਂ ਦਾ ਕੁਰਸੀਆਂ ਦਾ ਜਿੰਨੇ ਗਲੀਆਂ 'ਤੇ ਲੱਗੇ ਆ ਨੰਬਰ ਲੱਗੇ ਆ ਸਾਈਨ ਬੋਰਡ ਲੱਗੇ ਆ ਅਤੇ ਬਹੁਤ ਜ਼ਿਆਦਾ ਸਾਰਾ ਪਿੰਡ ਦਾ ਕੰਮ ਬਹੁਤ ਵਧੀਆ ਕਰਾਇਆ ਉਹਨੇ ਦੇਖੋ ਜੀ ਸਾਡੇ ਕੋਲ ਤਾਂ ਉਹ ਮਤਲਬ ਕਿ ਅਜੀਬ ਹੀ ਨਹੀਂ ਜਿੰਨੀ ਕੁ ਉਹਦੇ ਨਾਲ ਸਿਫਤੋਂ ਦੀ ਕਰ ਸਕੀਏ ਕਿਉਂਕਿ ਉਸ ਮਤਲਬ ਸਾਡੇ ਭਰਾ ਨੇ ਇੱਕ ਆਮ ਵਿਅਕਤੀ ਨਾਲੋਂ ਵੱਖਰੇ ਹੋ ਕੇ ਕੰਮ ਜਿਹੜਾ ਕਰ ਦਿੱਤਾ ਆ ਉਹ ਇੱਕ ਪਿੰਡ ਵਾਸਤੇ ਮਿਸਾਲ ਬਣ ਗਈ ਸੋ ਕਹਿੰਦੇ ਨੇ ਮਨ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਤਾਂ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਸੋ ਅੱਜ ਤੁਹਾਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੁੱਲੇਵਾਲ ਵਿੱਚ ਲੈ ਕੇ ਆਏ ਹਾਂ ਜਿੱਥੋਂ ਦਾ ਇੱਕ ਵਸਨੀਕ ਜਿਹਦਾ ਨਾਮ ਹੈ ਸਾਹਿਬ ਅਤੇ ਉਹ ਵਿਦੇਸ਼ ਦੀ ਧਰਤੀ 'ਤੇ ਜਾ ਕੇ ਦਿਨ ਰਾਤ ਇੱਕ ਕਰਕੇ ਆਪਣੀ ਮਿਹਨਤ ਦੀ ਕਮਾਈ ਜਿਹੜੀ ਹੈ ਆਪਣੇ ਪਿੰਡ ਦੇ ਵਿੱਚ ਲਗਾਉਂਦਾ ਹੈ ਲਗਾਉਂਦਾ ਕਿੱਦਾਂ ਕੀ ਜਿਹੜੇ ਆ ਕੰਮ ਨੇ ਉਹ ਸਰਕਾਰਾਂ ਦੇ ਕੰਮ ਨੇ ਪਰ ਵਿਦੇਸ਼ ਦੀ ਧਰਤੀ 'ਤੇ ਜਾ ਕੇ ਬੁੱਲੇਵਾਲ ਪਿੰਡ ਦਾ ਵਸਨੀਕ ਪਿਛਲੇ 20 ਸਾਲ ਤੋਂ ਉੱਥੇ ਜਿਹੜਾ ਦਿਨ ਰਾਤ ਕਮਾਈ ਕਰਦਾ ਅਤੇ ਮਨ ਦੇ ਵਿੱਚ ਸੋਚ ਪੈਦਾ ਹੁੰਦੀ ਹੈ ਕਿ ਮੈਂ ਇੱਥੇ ਵਿਦੇਸ਼ ਵਿੱਚ ਰਹਿੰਦਾ ਅਤੇ ਆਪਣੇ ਪਿੰਡ ਨੂੰ ਵੀ ਵਿਦੇਸ਼ ਵਰਗਾ ਬਣਾਉਣਾ ਹੈ ਸੋ ਮਨ ਦੇ ਵਿੱਚ ਜਜ਼ਬਾ ਸੀ ਸੋਚ ਸੀ ਅਤੇ ਪਰਮਾਤਮਾ ਨੇ ਵੀ ਬਾਂਹ ਫੜੀ ਦਿਨ ਰਾਤ ਮਿਹਨਤ ਕਰਕੇ ਇੱਕ ਕਰਕੇ ਅਤੇ ਆਪਣੇ ਪਿੰਡ ਨੂੰ ਜਿਹੜਾ ਹੈ ਫੋਰਨ ਵਰਗੀ ਲੁੱਕ ਦੇ ਦਿੱਤੀ ਸੋ ਤੁਹਾਨੂੰ ਦੱਸ ਦਈਏ ਤਸਵੀਰਾਂ ਰਾਹੀਂ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਕੋਈ ਜਿਹੜੀ ਹੈ ਛੱਪੜ ਦੀ ਨਹੀਂ ਹੈ ਛੱਪੜ ਦੀ ਹੈ ਪਰ ਛੱਪੜ ਦੀ ਲੱਗਦੀ ਨਹੀਂ ਇੰਨਾ ਵਧੀਆ ਲੁੱਕ ਦੇ ਦਿੱਤਾ ਇਹਨੂੰ ਸਾਫ਼ ਸਫਾਈ ਕਰਕੇ ਇਹਨੂੰ ਬਹੁਤ ਵਧੀਆ ਜਿਹੜਾ ਹੈ ਢੰਗ ਨਾਲ ਸਜਾ ਕੇ ਆਲੇ ਦੁਆਲੇ ਦਰਖਤ ਲਗਾਏ ਹੋਏ ਨੇ ਸੋ ਤੁਹਾਨੂੰ ਦੱਸ ਦਈਏ ਕਿ ਜਦੋਂ ਲੋਕ ਇੱਥੋਂ ਦੀ ਸੜਕ ਰਾਹੀਂ ਲੰਘਦੇ ਨੇ ਅਤੇ ਇੱਥੇ ਲੋਕ ਜਿਹੜੇ ਨੇ ਸੈਲਫੀਆਂ ਕਰਾ ਕੇ ਜਾਂਦੇ ਨੇ ਅਤੇ ਜਦੋਂ ਮੈਰਿਜ ਤੋਂ ਪਹਿਲਾਂ ਪ੍ਰੀ ਵੈਡਿੰਗ ਸ਼ੂਟ ਵੀ ਕਰਨ ਇੱਥੇ ਇਸ ਸਥਾਨ ਦੇ ਉੱਤੇ ਲੋਕ ਆਉਂਦੇ ਨੇ ਕਿਉਂਕਿ ਪਾਰਕ ਅਤੇ ਪਿੰਡ ਬਹੁਤ ਵਧੀਆ ਜਿਹੜਾ ਬਣਾਇਆ ਗਿਆ ਹੈ ਕਿਹਦੇ ਵੱਲੋਂ ਬਣਾਇਆ ਗਿਆ ਸਾਹਿਬ ਬੁੱਲੇਵਾਲੀਏ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਪਿੰਡ ਹੈ ਜੋ ਕਿ ਪੰਜਾਬ ਦੇ ਵਿੱਚ ਨਹੀਂ ਫੋਰਨ ਤੱਕ ਜਿਹੜੇ ਲੋਕ ਨੇ ਇਸ ਪਿੰਡ ਨੂੰ ਜਾਣਦੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਪਿੰਡ ਇੰਨਾ ਖੂਬਸੂਰਤ ਬਣਾਇਆ ਹੈ ਕਿ ਜਿਹੜਾ ਸ਼ਮਸ਼ਾਨ ਘਾਟ ਵੀ ਜਿਹੜਾ ਹੈ ਉੱਥੋਂ ਵੀ ਉੱਠਣ 'ਤੇ ਜੀ ਨਹੀਂ ਕਰਦਾ ਕਿਉਂਕਿ ਬਹੁਤ ਵਧੀਆ ਲੁੱਕ ਦਿੱਤੀ ਹੈ ਹਰ ਇੱਕ ਤਰ੍ਹਾਂ ਦੀ ਉੱਥੇ ਫੈਸਿਲਿਟੀ ਹੈਗੀ ਹੈ ਅਤੇ ਤੁਹਾਨੂੰ ਦੱਸ ਦਈਏ ਪਿੰਡ ਦੇ ਵਿੱਚ ਆਲੇ ਦੁਆਲੇ ਪਿੰਡਾਂ ਦੇ ਵਿੱਚ ਗਲੀ ਨੰਬਰ ਹਾਊਸ ਨੰਬਰ ਅਤੇ ਦਰਖਤ ਲਾਏ ਹੋਏ ਨੇ ਵੀ ਕਿਸੇ ਨੂੰ ਕੋਈ ਬਾਹਰੋਂ ਇੱਥੇ ਪਿੰਡ ਦੇ ਵਿੱਚ ਆਉਂਦਾ ਹੈ ਅਤੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਏ ਗਲੀ ਨੰਬਰ ਪਲੇਟਾਂ ਲਾਈਆਂ ਹੋਈਆਂ ਹਰ ਇੱਕ ਤਰ੍ਹਾਂ ਦਾ ਜਿਹੜਾ ਹੈ ਇੱਥੇ ਪੌਦਾ ਲਗਾਇਆ ਹੋਇਆ ਸੋ ਆਪਾਂ ਇੱਥੇ ਉਹਨਾਂ ਦੇ ਪਿੰਡ ਵਾਲੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਲੱਗਦਾ ਹੈ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਫੋਰਨ ਦੀ ਧਰਤੀ 'ਤੇ ਜਾਂਦੇ ਨੇ
ਤੇ ਬਾਅਦ 'ਚ ਉੱਥੇ ਦੀ ਉੱਥੇ ਹੀ ਰਹਿ ਜਾਂਦੇ ਨੇ, ਨਾ ਉਹ ਪਿੰਡ ਦਾ ਵੇਖਦੇ ਨੇ ਅਤੇ ਨਾ ਹੀ ਉਹ ਆਪਣੇ ਘਰ ਦਾ ਵੇਖਦੇ ਨੇ। ਸੋ ਇੱਕੋ ਇੱਕ ਨੌਜਵਾਨ ਹੈ ਸਾਹ ਬੂਲੇਵਾਲੀਆ, ਜਿਹਦੇ ਨਾਮ ਤੋਂ ਪੰਜਾਬ ਦੇ ਵਿੱਚ ਇੱਕ ਨੰਬਰ ਦਾ ਜਿਹੜਾ ਹੈ ਪਿੰਡ ਮੰਨਿਆ ਗਿਆ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਾਹਿਬ ਬੂਲੇਵਾਲੀ ਦੇ ਨਾਮ ਤੋਂ। ਸੋ ਉਹਨਾਂ ਦੇ ਪਰਿਵਾਰਕ ਮੈਂਬਰ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਜੀ? ਸਵਰਨ ਕੌਰ। ਸਵਰਨ ਜੀ, ਕਿੱਦਾਂ ਦਾ ਲੱਗਦਾ ਹੈ ਪਿੰਡ ਦੇ ਵਿੱਚ ਆਉਂਦੇ ਆ ਲੋਕ, ਲੰਘਦੇ ਨੇ, ਸੈਲਫੀਆਂ ਕਰਾਉਂਦੇ ਨੇ, ਅਤੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਤੁਹਾਨੂੰ ਕਿ ਤੁਹਾਡਾ ਜਿਹੜਾ ਪੁੱਤ ਹੈ 20 ਸਾਲ ਤੋਂ ਨਾਰਵੇ ਦੀ ਧਰਤੀ 'ਤੇ ਜਿਹੜਾ ਹੈ ਮਿਹਨਤ ਦਿਨ ਰਾਤ ਕਰਦਾ ਹੈ, ਅਤੇ ਉਹਦੇ ਮਨ ਦੇ ਵਿੱਚ ਕੋਈ ਜਜ਼ਬਾ ਸੀਗਾ ਕਿ ਮੈਂ ਆਪਣੇ ਪਿੰਡ ਨੂੰ ਜਿਹੜਾ ਫੋਰਨ ਵਰਗਾ ਬਣਾਉਣਾ, ਕਿੱਦਾਂ ਦਾ ਤੁਹਾਨੂੰ ਲੱਗਦਾ ਮਾਣ ਮਹਿਸੂਸ? ਸਾਨੂੰ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਵੀ ਉਹ ਫੋਰਨ 'ਚ ਗਿਆ, ਕਮਾਈ ਕੀਤੀ ਅਤੇ ਆ ਕੇ ਆਪਣੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਉਹਨੇ। ਇਸ ਤੋਂ ਵੱਧ ਹੋਰ ਸਾਨੂੰ ਕੀ ਮਾਣ ਹੋ ਸਕਦਾ? ਸੋ ਜਦੋਂ ਤੁਸੀਂ ਘਰੋਂ ਬਾਹਰ ਨੂੰ ਜਾਂਦੇ ਹੋ ਤਾਂ ਲੋਕ ਵੀ ਕਹਿੰਦੇ ਹੋਣੇ ਨੇ ਕਿ ਵਾਕਿਆ ਜੀ ਇਹ ਉਹਨਾਂ ਦੇ ਰਿਸ਼ਤੇਦਾਰ ਆ ਸਾਹਿਬ ਬੂਲੇਵਾਲੀ ਆ। ਹੁਣ ਤਾਂ ਪੰਜਾਬ ਨਹੀਂ, ਪੰਜਾਬ ਤੋਂ ਫੋਰਨ ਤੱਕ ਵੀ ਲੋਕ ਜਿਹੜੇ ਜਾਣਨ ਲੱਗ ਪਏ ਆ ਪਿੰਡ ਨੂੰ। ਹਾਂਜੀ, ਇਹ ਟੀਵੀ ਦੇ ਜ਼ਰੀਏ ਜਾਣਨ ਲੱਗ ਪਏ, ਆ ਤੁਹਾਡੀਆਂ ਸਾਰੀਆਂ ਵੀਡੀਓਜ਼ ਵੱਖ ਵੱਖ ਦੇਸ਼ਾਂ ਨੂੰ ਚਲੀਆਂ ਜਾਣੀਆਂ ਅਤੇ ਉੱਥੇ ਪਤਾ ਲੱਗ ਜਾਣਾ ਵੀ ਸਾਹਿਬ ਬੂਲੇਵਾਲੀਆਂ ਨੇ ਆਪਣੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ। ਮਾਤਾ ਜੀ, ਜਿਹੜੇ ਲੋਕ ਇੱਥੋਂ ਚੱਲ ਜਾਂਦੇ ਨੇ ਉਹ ਜਾ ਕੇ ਆਪਣੇ ਪਿੰਡ ਦੀ ਕਿ ਆਪਣੇ ਘਰਾਂ ਨੂੰ ਵੀ ਨਹੀਂ ਕਿਸੇ ਵੇਲੇ ਪਰਤਦੇ, ਕਹਿਣ ਦਾ ਮਤਲਬ ਕਿ ਘਰ ਵੱਲ ਵੀ ਨਹੀਂ ਝਾਤੀ ਮਾਰਦੇ, ਨਾ ਕੋਈ ਪੈਸਾ ਭੇਜਦੇ, ਨਾ ਕੋਈ ਗੱਲ, ਨਾ ਕੋਈ ਬਾਤ, ਉੱਥੇ ਜਾ ਕੇ ਆਪਣਾ ਸਟੈਂਡ ਕਰ ਲੈਂਦੇ ਨੇ, ਕਹਿੰਦੇ ਨੇ ਛੱਡੋ ਪਰਾ ਪਿੰਡ ਚੁੱਕ ਹੀ ਲੈਣਾ। ਸਾਹਿਬ ਵਿੱਚ ਇੱਦਾਂ ਦੀ ਖਾਸੀਅਤ ਹੈਗੀ ਕਿ ਉਹਨੇ ਆਪਣੇ ਪਿੰਡ ਵੱਲ ਵੀ, ਪਰਿਵਾਰ ਵੱਲ ਵੀ, ਅਤੇ ਪਿੰਡ ਦੇ ਜਿਹੜੇ ਲੋਕ ਨੇ ਕਿਸੇ ਨੂੰ ਵੀ ਮਦਦ ਦੀ ਲੋੜ ਪੈਂਦੀ ਹੈ ਆਪਣੀ ਪੋਕਟ ਦੇ ਵਿੱਚੋਂ, ਮਿਹਨਤ ਦੀ ਕਮਾਈ ਦੇ ਵਿੱਚੋਂ ਉਹ ਦਿੰਦਾ ਹੈ। ਸਹੀ ਗੱਲ ਹੈ? ਇਹ ਬਿਲਕੁਲ ਸਹੀ ਆ, ਪਰ ਇਹ ਉਹਦੇ 'ਤੇ ਮੇਰੇ ਸਤਿਗੁਰ ਦੀ ਮਿਹਰਬਾਨੀ ਆ ਵੀ ਉਹ ਇੱਦਾਂ ਕਰ ਰਿਹਾ ਵਾ, ਨਹੀਂ ਤਾਂ ਵਾਕਿਆ ਹੀ ਠੀਕ ਆ ਵੀ ਉਹ ਆਪਣੇ ਮਾਪਿਆਂ ਨੂੰ ਨਹੀਂ ਪੁੱਛਦੇ, ਉਹ ਮਾਪਿਆਂ ਨੂੰ ਵੀ ਕਰ ਰਿਹਾ, ਪਿੰਡ ਦੇ ਲੋਕਾਂ ਦੀ ਮਦਦ ਕਰ ਰਿਹਾ ਅਤੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਉਹਨੇ। ਸੋ ਇਹ ਜਿਹੜੇ ਕੰਮ ਕਰਦਾ ਪਿਆ ਤੁਹਾਡਾ ਪੁੱਤ, ਇਹ ਵੈਸੇ ਤੁਹਾਨੂੰ ਨਹੀਂ, ਤੁਹਾਨੂੰ ਲੱਗਦਾ ਨਹੀਂ ਕਿ ਇਹ ਜਿਹੜੇ ਕੰਮ ਨੇ ਉਹ ਮੇਰਾ ਪੁੱਤ ਕਰਦਾ ਪਿਆ, ਅਤੇ ਕੰਮ ਤਾਂ ਸਰਕਾਰਾਂ ਦੇ ਕੰਮ ਨੇ, ਕਿਤੇ ਨਾ ਕਿਤੇ ਲੱਗਦਾ ਨਹੀਂ ਤੁਹਾਨੂੰ? ਲੱਗਦਾ ਆ, ਪਰ ਸਰਕਾਰਾਂ ਤਾਂ ਖਾ ਹੀ ਜਾਂਦੀਆਂ ਅਤੇ ਉਹਨਾਂ ਨੇ ਕੋਈ ਕੰਮ ਨਹੀਂ ਪਿੰਡ ਦਾ ਸਵਾਰਨਾ ਹੁੰਦਾ ਅਤੇ ਇਹ ਪਿੰਡ ਵਾਲਿਆਂ ਨੂੰ ਹੀ ਕਰਨਾ ਪੈਂਦਾ। ਜਦੋਂ ਇਸ ਕੰਮ ਦੇ ਵਿੱਚ ਤੁਹਾਡਾ ਪੁੱਤ ਪਿਆ ਸੀਗਾ, ਕਾਫੀ ਮੁਸ਼ਕਲਾਂ ਵੀ ਆਈਆਂ ਹੋਣੀਆਂ, ਤਰ੍ਹਾਂ ਤਰ੍ਹਾਂ ਦੇ ਵਿਰੋਧ ਵੀ ਕੀਤੇ ਹੋਣੇ ਲੋਕਾਂ ਨੇ ਵੀ ਪਤਾ ਨਹੀਂ ਵਾਹ ਵਾਹ ਖੱਟਣ ਵਾਸਤੇ ਕੀ ਕਰਦਾ ਪਿਆ ਹੈ ਸਾਹਿਬ? ਮੁਸ਼ਕਲਾਂ ਤਾਂ ਆਉਂਦੀਆਂ ਹੀ ਆ ਵੀ ਜਿਸ ਪਿੰਡ 'ਚ ਵਿਰੋਧ ਨਾ ਹੋਊਗਾ ਤਾਂ ਉੱਥੇ ਤਰੱਕੀ ਨਹੀਂ ਹੋਊਗੀ। ਜਿਵੇਂ ਵੀ ਸਰਪੰਚ ਨੂੰ ਪੈਸੇ ਖਰਚਣ ਵਾਸਤੇ ਵਿਰੋਧ ਕਰਦੇ ਨੇ ਲੋਕ, ਅਤੇ ਉਹ ਵਿਰੋਧ ਕਰਕੇ ਹੀ ਉਹ ਜਿੱਥੇ ਚਾਹੁੰਦਾ ਹੁੰਦਾ ਉੱਥੇ ਖਰਚੀ ਨਹੀਂ ਕਰ ਸਕਦਾ, ਅਤੇ ਕਈ ਵਾਰੀ ਚੰਗੇ ਸਰਪੰਚ ਜਿਹੜੇ ਹੁੰਦੇ ਨੇ ਉਹ ਕਰ ਜਾਂਦੇ ਆ ਦਿਲ ਵਧੀ। ਕਹਿਣ ਦਾ ਮਤਲਬ ਕਿ ਜੇ ਵਿਰੋਧ ਕੀਤਾ ਹੈ ਤਾਂ ਤਾਂ ਹੀ ਉਹ ਪੁੱਤ ਜਿਹੜਾ ਅੱਗੇ ਵਧਿਆ ਅਤੇ ਪਿੰਡ ਦੀ ਨੁਹਾਰ ਬਦਲ। ਬਿਲਕੁਲ ਬਿਲਕੁਲ, ਜੇ ਆਉਂਦੇ ਨਾ ਵੀ ਜੇ ਸ਼ਾਂਤੀ ਚਾਹੁੰਦੇ ਜੇ ਯੁੱਧ ਲਈ ਤਿਆਰ ਰਹੋ, ਇਸ ਕਰਕੇ ਜੇ ਵਿਰੋਧ ਨਾ ਹੁੰਦਾ ਤਾਂ ਇੰਨਾ ਕੁਛ ਬਣਨਾ ਹੀ ਨਹੀਂ ਸੀ। ਇਹ ਬਿਲਕੁਲ ਠੀਕ ਆ। ਸੋ ਪਤਾ ਲੱਗਿਆ ਕਿ ਜਦੋਂ ਵੀ ਲੋਕ ਜਿਹੜੇ ਜਾਂਦੇ ਨੇ ਰੋਡ ਤੋਂ ਲੰਘਦੇ ਨੇ, ਲੋਕ ਇੱਥੇ ਸੈਲਫੀਆਂ ਕਰਾਉਂਦੇ ਨੇ, ਪ੍ਰੀ ਵੈਡਿੰਗ ਸ਼ੂਟ ਵੀ ਕਰਨ ਆਉਂਦੇ ਨੇ, ਕਿਤੇ ਨਾ ਕਿਤੇ ਮਾਣ ਮਹਿਸੂਸ ਨਹੀਂ ਹੁੰਦਾ ਪਿੰਡ ਵਾਲਿਆਂ ਨੂੰ, ਸਾਰਿਆਂ ਨੂੰ? ਪਿੰਡ ਵਾਲਿਆਂ ਨੂੰ ਛੱਡ ਕੇ ਰਿਸ਼ਤੇਦਾਰਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਵੀ ਸਾਡਾ ਆਹ ਲੱਗਦਾ, ਸਾਡਾ ਆਹ ਲੱਗਦਾ, ਉਹਨੇ ਆਪਣੇ ਪਿੰਡ ਦੀ ਨੁਹਾਰ ਬਦਲ ਦਿੱਤੀ, ਮਾਣ ਤਾਂ ਮਹਿਸੂਸ ਬਹੁਤ ਹੁੰਦਾ। ਸੋ ਬੜੀ ਵਧੀਆ ਗੱਲ ਕੀਤੀ ਹੈ ਜੀ, ਜਦੋਂ ਲੋਕ ਜਿਹੜੇ ਇੱਥੋਂ ਦੀ ਲੰਘਦੇ ਨੇ ਤਾਂ ਲੋਕ ਸੈਲਫੀਆਂ ਕਰਵਾਉਂਦੇ ਨੇ, ਮੈਰਿਜ ਤੋਂ ਪਹਿਲਾਂ ਪ੍ਰੀ ਵੈਡਿੰਗ ਸ਼ੂਟ ਵੀ ਇੱਥੇ ਕਰਦੇ ਨੇ। ਸੋ ਬੜੀ ਵਧੀਆ ਲੋਕੇਸ਼ਨ ਹੈ ਗੁਰਦਾਸਪੁਰ ਦਾ, ਪੰਜਾਬ ਦਾ ਇੱਕ ਨੰਬਰ 'ਤੇ ਜਿਹੜਾ ਪਿੰਡ ਆਇਆ ਹੈ ਉਹ ਸਾਹਿਬ ਬੂਲੇਵਾਲੀ ਦੇ ਨਾਮ ਤੋਂ ਜਾਣਿਆ ਜਾਂਦਾ। 20 ਸਾਲ ਤੋਂ ਜਿਹੜਾ ਹੈ ਉਹ ਦਿਨ ਰਾਤ ਮਿਹਨਤ ਕਰਦਾ ਹੈ ਨਾਰਵੇ ਦੀ ਧਰਤੀ 'ਤੇ ਜਾ ਕੇ, ਅਤੇ ਕੋਈ ਜਜ਼ਬਾ ਸੀਗਾ ਕਿ ਮੈਂ ਪਿੰਡ ਨੂੰ ਜਿਹੜਾ ਹੈ ਫੋਰਨ ਵਰਗਾ ਬਣਾਉਣਾ ਹੈ, ਅਤੇ ਵਾਕਿਆ ਹੀ ਬਣਾ ਕੇ ਛੱਡਿਆ। ਸੋ ਮੌਜੂਦ ਨੇ ਇੱਥੇ ਪਿੰਡ ਵਾਲੇ ਲੋਕ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ? ਸੁਰਿੰਦਰ ਸਿੰਘ ਜੀ। ਸੁਰਿੰਦਰ ਜੀ, ਕਿੱਦਾਂ ਦਾ ਲੱਗਦਾ ਕਿ ਤੁਹਾਡਾ ਪਿੰਡ ਜਿਹੜਾ ਹੈ ਬੜਾ ਵਧੀਆ ਬਣ ਗਿਆ? ਆਪਾਂ ਪਿੰਡ ਨਹੀਂ ਕਹਿ ਸਕਦੇ ਹੁਣ, ਕਿਉਂਕਿ ਇਹ ਫੋਰਨ ਵਰਗਾ ਬਣ ਗਿਆ ਹੈ, ਅਤੇ ਫੋਰਨ ਹੀ ਕਹਿ ਸਕਦੇ ਹਾਂ। ਪਿੰਡ ਸਾਡਾ ਸ਼ਹਿਰਾਂ ਨੂੰ ਵਧੀਆ ਜੀ, ਬਟਾਲਾ ਸ਼ਹਿਰ, ਗੁਰਦਾਸਪੁਰ, ਧਾਰੀਵਾਲ ਸ਼ਹਿਰ, ਬੜੇ ਸ਼ਹਿਰ ਅਸੀਂ ਵੇਖੇ ਆ, ਪਰ ਜਿੰਨਾ ਗੰਦ ਸ਼ਹਿਰ ਆ ਉਹਨਾਂ ਤੋਂ ਕਰੋੜਾਂ ਗੁਣਾ ਵਧੀਆ ਸਾਡਾ ਪਿੰਡ ਹੈ ਜੀ। ਸਫਾਈ ਪੱਖੋਂ ਹਰ ਪੱਖੋਂ ਹਰ ਬਿਲਕੁਲ ਕਿੱਡੀ ਵਧੀਆ ਸਹੂਲਤਾਂ ਨੇ, ਆਕਸੀਜਨ ਦੀ ਇੱਥੇ ਨਹੀਂ ਕਮੀ, ਕਿਸੇ ਚੀਜ਼ ਦੀ ਕਮੀ ਨਹੀਂ, ਸਾਫ਼ ਸੁਥਰਾ ਪਿੰਡ ਸਾਡਾ ਬਹੁਤ ਵਧੀਆ, ਅਤੇ ਯੋਗਦਾਨ ਸਾਰਾ ਸਾਡੇ ਭਤੀਜਾ ਹੀ ਲੱਗਦਾ ਸਾਡਾ ਇਹ ਸਾਹਿਬ ਬੂਲੇਵਾਲੇ ਆ, ਉਹਦਾ ਯੋਗਦਾਨ ਸਰ ਉਹਨੇ ਬਣਾਇਆ ਸਾਰਾ ਕੁਝ। ਕਿੱਦਾਂ ਦਾ ਮਾਣ ਮਹਿਸੂਸ ਹੁੰਦਾ ਕਿ ਇੱਕ
20 साल तो जरा मेहनत कर रहे हैं, लोग जाते हैं वड्डिया वड्डिया गड्डिया लेंदे ने, कोठियां पा लेंदे ने, छड्डो परा पिंड चुकी लैना। किसी लोग तो यह भी है कि जिहड़े घर अपने परत के वेखदे भी नहीं कि उन्होंने सैलरी पानी कि नहीं पानी, किदां दा लगदा तुहानू? सानू बहुत वधिया लगता जी, वो पिंड दे भले लई करदा सारा काम। पिंड का कोई भी किसी की डैथ हो जाती है, किसी का कुछ बीमार हो गया, किसी का खुशी गमी दे, अपनी मम्मी ने अपने बेटे को फोन करता जो फलाने घर इन्ने पैसे दे के आओ, तो पिंड समाज के काम सारे बहुत वधिया करता। बाकी जिहड़े बूटियां दा कुर्सियां दा जिन्हें गलियां ते लगे आ नंबर लगे आ साइन बोर्ड लगे आ ते बहुत ज़्यादा सारा पिंड का काम बहुत वधिया कराया। मैं लगता नहीं है सरकारां दे काम ने ते साहब ने जिहड़ा बीड़ा चुक लिया अपनी मेहनत की कमाई के इधर ही लाई जा रहा, उन्हें रिश्तेदार जे उन्होंने भैन भरा नहीं कहते तू कि चक्कर च पै गया, तू अपना अपना आप देख तू सारी कमाई इधर लाई जाना, कितने इदा का नहीं कोई गलबात हुई? नहीं जी नहीं, इदा कोई नहीं जी, वो बहुत वधिया कर रहा तो लोग बाकी भी सीध लेंगे साढ़े लागे छागे होर भी पिंड हूँ यदि रिश्ता बूटे लाने शुरू किए हैं, पर वो मतलब ये बराबर नहीं हो कोई भी, क्योंकि वो जिन्ना कुछ इन्हें किया वा एक कल बंद ने अपनी जेब से किया, सारे बंद नहीं कर सकते ना सारे पिंड ही कर सकते। कहना मतलब कि जो परमात्मा की बख्शिश होंगी कि परमात्मा की कृपा जिस बंद होंगी उ काम कर सकता, परमात्मा की कृपा उत्ते पूरी है जी, तो परमात्मा ने उसको सेवा कराई तो उन्हें सेवा की है जी। सो कितना कितना लगता नहीं कि वाकई ही सरकार के काम ही कि जरा अज छोटी उम्र के इस काम से पै के मेहनत दिन रात करके तो अपने पिंड की नुहार बदलती है, वो सरकार के काम ने जे वो करता पाया? हाँ ठीक है जी बिल्कुल, ये काम सरकार के ने पर यह काम सारा उन्हें किया जी। सो गलबात की है होर भी साढ़े नाल पिंड के जे नौजवान ने उन्होंने भी गलबात करांगे कि किदां दा उन्होंने महसूस हुंदा कि एक जरा छोटी उम्र तो बाहर नॉर्वे की धरती से जाके दिन रात मेहनत करके ते अपने पिंड की नुहार बदलती है, जिहड़े कि ये काम सरकारां दे सी ते अज ओ साहब सिंह ने जिहड़े कीते ने। सो सति श्री अकाल जी। सति श्री अकाल जी सारिआं नूं, सति श्री अकाल जी। की नाम जी? सुखचैन सिंह जी। कित्थे रहिंदे? ओ सामना घर जी, बोले वाले पिंड। हाँ जी हाँ जी। ਤੁਸੀਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਪਿੰਡ ਜਿਹੜਾ ਇਹ ਪਿੰਡ ਦੇ ਕੰਮ ਜਿਹੜਾ ਕਰਦਾ ਪਿਆ ਸਾਹਿਬ ਵੀਰ ਕਰਦਾ ਪਿਆ ਅਤੇ ਉਹ ਸਰਕਾਰਾਂ ਦੇ ਕੰਮ ਨੇ? ਹਾਂਜੀ ਸਰਕਾਰਾਂ ਦੇ ਕੰਮ ਜ਼ਰੂਰ ਹੈਗੇ ਆ, ਟੈਕਸ ਅਸੀਂ ਸਾਰੇ ਪੇ ਕਰਦੇ ਹਾਂ ਸਵੇਰ ਤੋਂ ਜਦੋਂ ਅਸੀਂ ਬ੍ਰਸ਼ ਤੋਂ ਸ਼ੁਰੂ ਕਰਦੇ ਹਾਂ ਖੈਰ, ਔਰ ਉਹ ਟੈਕਸ ਜਿਹੜਾ ਨਾ ਵਾਪਸ ਜਦੋਂ ਰਿਟਰਨ ਹੁੰਦਾ ਉਹ ਸਾਰਾ ਹੀ ਖੁਰ ਖਰਕੇ ਹੀ ਆਉਂਦਾ ਜਿੱਦਾਂ ਬਰਫ਼ ਦੀ ਸਿੱਲੀ ਆਉਂਦੀ ਆ, ਅਤੇ ਉਹ ਕੁੱਲ ਮਿਲਾ ਕੇ ਪਿੰਡਾਂ ਦੇ ਹਾਲਤ 40 ਸਾਲ 50 ਸਾਲ ਪਿੱਛੇ ਵੀ ਜਾਈਏ ਤਾਂ ਥੋੜ੍ਹਾ ਬਹੁਤਾ ਹੀ ਫਰਕ ਕਿਤੇ ਨਾ ਕਿਤੇ ਨਜ਼ਰ ਆਉਂਦਾ, ਅਤੇ ਇਹ ਕਿ ਉਹਨੇ ਉਦਾਹਰਨ ਫਿੱਟ ਕਰਤੀ ਆ ਸਾਰਿਆਂ ਵਾਸਤੇ, ਇਹਨੂੰ ਵੇਖ ਕੇ ਹੋਰ ਵੀ ਮਤਲਬ ਇਨਕਰੇਜ ਹੁੰਦੇ ਆ ਲੋਕ। ਮੁੱਕਦੀ ਗੱਲ ਆ ਵੀ ਜਿਹੜਾ ਪੈਸਾ ਜੋ ਵੀ ਅਸੀਂ ਦਾਨ ਕਰਨਾ ਆ ਉਹ ਲੋੜ ਅਨੁਸਾਰ ਕੀਤਾ ਜਾਵੇ। ਹੁਣ ਲੰਗਰਾਂ ਦੀ ਗੱਲ ਕਰੀਏ ਤਾਂ ਲੰਗਰ ਹੀ ਇੰਨੇ ਖਵਾ ਦਿੰਦੇ ਹਾਂ ਵੀ ਰਾਤ ਨੂੰ ਵਾਧਾ ਜਮੀ ਹੋ ਜਾਂਦੀ ਆ, ਚਲੋ ਇਹ ਵੀ ਇੱਕ ਲੰਗਰ ਦਾ ਲੰਗਰ ਦੇ ਰੂਪ 'ਚ ਉਹ ਸੇਵਾ ਕਰਨ ਡਿਆ, ਜਿੱਦਾਂ ਬੂਟਿਆਂ ਦਾ ਲੰਗਰ ਹੋ ਜਾਵੇ, ਕੋਈ ਦਵਾਈਆਂ ਦਾ ਲੰਗਰ ਆ, ਕੋਈ ਆਪਣਾ ਹੋਰ ਸਮਾਜ ਸੇਵੀ ਆ, ਅਤੇ ਇਸ ਕਰਕੇ ਲੋਕਾਂ ਸਭਨਾਂ ਨੂੰ ਇਹ ਚਾਹੀਦਾ ਕਿ ਜਿਹੜਾ ਪੈਸਾ ਅਸੀਂ ਜੋ ਵੀ ਦਾਨ ਕਰਨਾ ਆ ਮਹਾਰਾਜ ਦਿੰਦਾ ਸਾਨੂੰ, ਅਤੇ ਜਿਗਰਾ ਵੀ ਚਾਹੀਦਾ ਦਾਨ ਕਰਨਾ ਦਾ, ਹਰ ਇੱਕ ਦਾ ਮਤਲਬ ਜਿਹੜਾ ਮਰਜ਼ੀ ਤਗੜਾ ਅਮੀਰ ਹੋ ਜਾਂਦਾ ਉਹ ਹੋਰ ਅਮੀਰ ਹੋਣ ਨੂੰ ਫਿਰਦਾ, ਮਤਲਬ ਗਾਂਹ ਦੀ ਗਾਂਹ ਸੋਚੀ ਜਾਂਦਾ ਆ, ਅਤੇ ਖਾਣੀ ਤਾਂ ਰੋਟੀ ਆ ਪੈ ਲੈ ਗਏ ਅਤੇ ਸਿਹਤ ਚੰਗੀ ਚਾਹੀਦੀ ਆ ਅਤੇ ਸਭ ਕੁਝ ਠੀਕ ਆ। ਵੈਸੇ ਜਿੱਦਾਂ ਦਾ ਉਪਰਾਲਾ ਕੀਤਾ ਹੈ ਕਿ ਬਹੁਤ ਵਧੀਆ ਲੱਗਦਾ, ਲੋਕ ਖੜ ਖੜ ਕੇ ਇੱਥੇ ਸੈਲਫੀਆਂ ਕਰਵਾਉਂਦੇ ਨੇ, ਮਾਣ ਮਹਿਸੂਸ ਨਹੀਂ ਹੁੰਦਾ ਪਿੰਡ ਵਾਲਿਆਂ ਨੂੰ? ਬਿਲਕੁਲ ਪ੍ਰਾਊਡ ਫੀਲ ਹੁੰਦਾ ਜੀ, ਅੱਗੇ ਅਸੀਂ ਜਦੋਂ ਘਰ ਪਾਇਆ ਸੀ ਤਾਂ ਇੰਝ ਲੱਗਦਾ ਸੀ ਜਿੱਦਾਂ ਪੈਸਾ ਰੋੜਤਾ, ਪਰ ਹੁਣ ਇੰਝ ਲੱਗਦਾ ਵੀ ਨਹੀਂ ਇਹ ਸਹੀ ਥਾਂ ਲੱਗ ਗਿਆ। ਵਕੇਸ਼ਨ ਜਿਹੜੀ ਆ ਫੋਰਨ ਵਰਗੀ ਹੈ, ਉਹਦੇ ਮਨ ਦੇ ਵਿੱਚ ਸੋਚ ਸੀਗੀ ਕਿ ਮੈਂ ਜੇ ਨੌਰਵੇ ਆਇਆ ਤਾਂ ਨੌਰਵੇ ਵਰਗਾ? ਆਪਸੀ ਭਾਈਚਾਰਾ ਜਿਹੜਾ ਨਾ ਉਹ ਵੀ ਅੱਗੇ ਨਾਲੋਂ ਵਧੀਆ ਕੋਆਪਰੇਸ਼ਨ ਆ, ਮਤਲਬ ਮਾਹੌਲ ਵਧੀਆ ਹੋਵੇ ਅਤੇ ਮਨ ਵੀ ਠੀਕ ਸ਼ਾਂਤ ਹੁੰਦਾ ਅਤੇ ਇੱਕ ਦੂਜੇ ਨੂੰ ਜਿਹੜਾ ਮਿਲਵਰਤਨ ਵੀ ਚੰਗਾ ਆ। ਇੱਕ ਇੱਥੇ ਕਬਰਿਸਤਾਨ ਬਣਿਆ ਹੈ, ਉਹਦੇ ਲਾਗੇ ਪਾਰਕ, ਕਹਿੰਦੇ ਉੱਥੋਂ ਤਾਂ ਉੱਠਣ 'ਤੇ ਨਹੀਂ ਜੀ ਕਰਦਾ, ਪਾਰਕ ਇੰਨੀ ਵਧੀਆ ਬਣਾਤੀ ਹੈ, ਸਹੀ ਗੱਲ ਆ ਜੀ? ਮੁੱਕਦੀ ਗੱਲ ਜੀ, ਕਬਰਿਸਤਾਨ ਤੋਂ ਵੈਸੇ ਡਰਦੇ ਲੋਕ ਜਾਂਦੇ ਨਹੀਂ ਹੈ, ਪਤਾ ਨਹੀਂ ਚੰਬੜੀ ਨਾ ਜਾਵੇ, ਖੈਰ ਚਲੋ ਇਹ ਪੁਰਾਣੀਆਂ ਗੱਲਾਂ ਹੋਣਗੀਆਂ, ਪਰ ਉੱਥੇ ਮਹਿਸੂਸ ਹੀ ਨਹੀਂ ਹੁੰਦਾ ਕਬਰਿਸਤਾਨ ਆ ਜਾਂ ਉਹ ਦੂਜਾ ਆ, ਅਤੇ ਆਖਿਰਕਾਰ ਉਹ ਵੀ ਇੱਕ ਘਰ ਹੀ ਆ, ਉਹ ਵੀ ਮੰਤ ਤੋਂ ਹਰ ਇੱਕ ਨੇ ਜਾਣਾ ਹੀ, ਖੈਰ ਉਹ ਇਸ ਕਰਕੇ ਨਾ ਕੋਈ ਮਤਲਬ ਮਾਣ ਦਿੱਤਾ ਆ ਜਦੋਂ ਬੰਦਾ ਜਾਂਦਾ ਉਹਨੂੰ, ਜਦੋਂ ਇੱਕ ਬੰਦਾ ਜਾਂਦਾ ਆ ਵੈਸੇ ਹੀ ਵਿਰਲਾਪ ਹੁੰਦਾ ਆ, ਉੱਥੇ ਜਦੋਂ ਜਾਂਦਾ ਉੱਥੇ ਨਲਕਾ ਵੀ ਨਹੀਂ ਹੁੰਦਾ, ਉਹਨੇ ਹਰ ਤਰ੍ਹਾਂ ਅਰੇਂਜਮੈਂਟ ਕੀਤਾ ਤਾਂ ਕਿ ਮਤਲਬ ਉਹਨੂੰ ਇੰਝ ਲੱਗੇ ਵੀ ਜਿਹੜਾ ਕੋਈ ਜੀ ਚੱਲਿਆ ਆ ਇੱਥੋਂ ਦੁਨੀਆ ਤੋਂ ਹੁਣ ਸੰਸਕਾਰ ਹੋ ਜਾਣਾ ਜਾਂ ਦਫਨ ਹੋ ਜਾਣਾ, ਉਹ ਕੋਨੂੰ ਉਹਨੂੰ ਉਹਨੇ ਨਾ ਇੱਕ ਮਤਲਬ ਮਾਣ ਦਿੱਤਾ ਆ ਵੀ ਇਹ ਵਧੀਆ ਚੀਜ਼ ਬਣਾ ਕੇ। ਕਹਿਣ ਦਾ ਮਤਲਬ ਕਿ ਅਸਲ ਘਰ ਤਾਂ ਉਹੀ ਹੈ ਜੋ ਉਹਦੀ ਆਪਾਂ ਸਹੀ ਸਾਂਭ ਸੰਭਾਲ ਕਰ ਲਾਂਗੇ। ਹਾਂਜੀ, ਮਤਲਬ ਇੱਕ ਉਹਦੇ ਲਈ ਸਨਮਾਨ ਸਨਮਾਨ ਦਿੱਤਾ ਉਸ ਪਰਿਵਾਰ ਨੂੰ ਜਾਂ ਉਹ ਚਲੇ ਜਾ ਚੁੱਕੇ ਜੀ ਨੂੰ, ਬਹੁਤ ਵਧੀਆ ਬਣਾਇਆ ਉੱਥੇ ਕਬਰਿਸਤਾਨ, ਜਾਂ ਤੁਹਾਡੇ ਸ਼ਮਸ਼ਾਨ ਘਾਟ ਸਹੀ ਸਲਾਮਤ ਸਾਫ਼ ਸੁਥਰੇ ਹੋਣੇ ਚਾਹੀਦੇ ਆ,
क्योंकि उदों तो वैसे ही विरलाप होंदा आ ते जेकर उत्थे कोई गंदगी मिले तो फिर होर मन खराब होंदा आपां हो के आए हां उत्थों जी नहीं करदा उदों उठण तो ते कई लोग डरदे ने कि उत्थे जाणा जी आपां तो उत्थे बैठ के आए हां काफ़ी देर आए हां ते इदां दी लोकेशन बनाई है कि शमशान घाट लगता ही नहीं नहीं लगता हाँ जी बिल्कुल सो पिंड वाले लोग ने उन्हां नाल भी गलबात की है सो साडे नाल होर भी मौजूद ने उन्हां नाल भी गलबात करां सत श्री अकाल जी की नाम जी रशपाल सिंह रशपाल जी तुहाडा पिंड ही है मेरा पिंड बूलेवाली जी यही पिंड साहब जी की लगते भरा लगता मेरा तुहाडे भरा ने तो मसैल काम करती है जी पंजाब दे विचो फोरन तक जिहड़े लोग जानन लग पए तुहानू देखो जी साडे कोल तो वह मतलब कि जी भी नहीं जिनी कि सिफत उहदी कर सकीए क्योंकि उस मतलब साडे भरा ने एक आम व्यक्ति नालों वक्खरे हो के काम जिहड़ा कर दिता आ वह एक पिंड वास्ते मिसाल बन गई मिसाल तो बनी है जी नॉर्वे की धरती से जाके 20 साल तो रह रहा रात दिन एक करके मेहनत करके अपनी पॉकेट के विचों जरा उन्हें इन्ना कुछ बनाया बड़ी वधिया गल आ जी वेखो जी वड्डी गल आ उन्हें अज तक किसी कोलों पैसे दी करके एक पैसा नहीं मंगया हाँ उस तरह पिंड वासी जिहड़े ने वो मतलब उसके किते काम दे विच साथ दिंदे ने उस तो बहुत खुश आ बाकी जिन्ना भी पैसा साडे पिंड ते लगा है साहब बूलेवाली दी जेब दे विचों लगा है सानू बहुत खुशी है इस गल अपनी मेहनत की कमाई चो लाया जी किसी का कोई सपोर्ट नहीं जी 10 नवां की मेहनत करके उन्हें ये जरा अपने पिंड बूलेवाल दे विच पैसा लाया आ ते वो किसी कोलों पैसा अज तक उन्हें मंगया ही नहीं सो होर भी साडे नाल मौजूद ने उन्हां नाल भी गलबात करांगे सत श्री अकाल जी सत श्री अकाल जी नाम जी तरसेम सिंह पिंड लुधीपुर तहसील जिला गुरदासपुर का रहने वाला जी किदां दा लगता है यह पिंड वेख के किन्ना क मन खुश हुंदा जदों तुसीं इत्थे पहुँचदे हो ये पिंड जिहड़ा वा ना साडे पंजाब विच एक नंबर दे पिंड वा जिले ते गल छड्ड दिओ तुसीं बड़ी बड़ी लोग कई मैं सौ इतने आना गड्डिया जो बठिंडे तो आई हाँ कोई कहता मैं कितों आया भी ये हुशियारपुर आया कोई कितों कित सिर्फ वेखण वास्ते आते जो कि मुड़े ने बनाया वा जो तो ये फोटो पिछले अमेरिका गए अं ये फोटो जी अमेरिका तक जाडियो जड़िया ने तो वह कई बार पूछ आ जाते हैं यार तुम उतों गुरदासपुर आते जो वेख्या पिंड मैं यार वेख्या वा मैं हस पे कई कहना मैं यार मुड़ा साढ़ा भतीजा वा क्या भतीजा मैं हाँ तो वह उन्होंने कहें भी कहें भी बड़ी मेहनत की मुड़े ने मैं भी इन 8 साल हो गए ने चलिया वा क्या भी पंचायत ने किया मैं भी नहीं पंचायत का कोई सारा योगदान अपना वा वो अपने को पैसा ला रहा वा जिन्हें लाया वा कहें इन्ना पैसा मैं हाँ इन्ना पैसा अपने को ला रहा वा तो उन्हें मैं भी पिंड में प्रैफरेंस दी आ घर बने मैंने प्रैफरेंस दी अपने इन पिंड में प्रैफरेंस दी तो अज वो जो वा ना जो वर्ल्ड चलन दिया वा तो माण महसूस होंगे ना जो बाहर भी जाते हो जा लोकल भी जिते पुछते हैं तो माण महसूस होता भी साडा भतीजा भाई है जी तो माण से तुम पता फिर महसूस होना ही होना वा सो गलबात की है जी परिवारों नाल परिवारों ने भी कहा कि बहुत वधिया जरा नुहार बदली है पिंड की नुहार बदल के रखती है पिंड दे विच जदों लोग वड़दे ने बाहर एंट्री करते ने तो लोग खड़ खड़ के इत्थे सैल्फियां करवाते हैं सैल्फियां करवाउणियां बंदियां भी हैं क्योंकि पिंड की नुहार पिंड वर्गी नहीं हैगी पिंड की नुहार फोरन वर्गी दिती हुई है किन्ने दिती है अपनी पॉकेट दे विचों साहब बूलेवालिया साहब बूलेवाली के नाम तो जाने जाता पिंड जिला गुरदासपुर के पंजाब दे विच इको एक पिंड है कि जिदी नुहार बदल के रखती है फोरन वर्गी नुहार देती है सो कैमरा परसन बंटी दे नाल लक्की राजपूत गुरदासपुर।